ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅਤੇ ਅੱਜ ਟੂਰਨਾਮੈਂਟ ਖੇਡਿਆ ਗਿਆ ਉਹ ਖੇਡੇਗਾ ਖੋਖਰ ਖੁਰਦ, ਜੋ ਕਿ ਜ਼ਿਲ੍ਹਾ ਮਾਨਸਾ ਦਾ ਪਿੰਡ ਹੈ, ਜਿੱਥੇ ਬਹੁਤ ਸਾਰੀਆਂ ਓਪਨ ਦੀਆਂ ਟੀਮਾਂ ਨੇ ਭਾਗ ਲਿਆ, ਅਤੇ ਜਿੱਥੇ ਅੱਜ ਫਸਟ ਟੀਮ ਰਹੀ ਮਹਾਂਵੀਰ ਟੰਡੋਲੀ, ਜਿਸਦੇ 41 ਨਾਮ ਦਿੱਤਾ ਗਿਆ, ਜਿਹਦੇ 13.5 ਪੁਆਇੰਟ ਸਨ, ਅਤੇ ਜਦਕਿ ਸੈਕਿੰਡ ਟੀਮ ਰਹੀ ਫਤਿਹਗੜ੍ਹ ਸਰਨਾ, ਜਿਹਦੇ 9 ਪੁਆਇੰਟ ਸਨ। ਅਧਿਆਰਪ ਟਰੇਡਰ ਦੀ ਗੱਲ ਕਰੀਏ ਤਾਂ ਬੈਸਟ ਟਰੇਡਰ ਰਿਹਾ ਨੌਨ ਸਟੋਪ ਲੱਡੂ ਦੁਗਾਲ, ਜਿਸਨੇ 6 ਰੇਡਾਂ 'ਚੋਂ 6 ਪੁਆਇੰਟ ਪ੍ਰਾਪਤ ਕੀਤੇ। ਅਤੇ ਬੈਸਟ ਜਾਫੀ ਰਿਹਾ ਲੱਖਾ ਡੰਡੋਲੀ, ਜਿਸਨੇ 2 ਜਾਫੇ ਲਏ, 4 ਟੱਚਾਂ 'ਚ, ਅਤੇ ਬੈਸਟ ਨੂੰ ਦਿੱਤੇ ਗਏ ਸੀਗੇ ਜੀ 11,000 ਕੈਸ਼। ਜਦਕਿ ਪਲੇਅਰਾਂ ਦੀ ਗੱਲ ਕਰੀਏ ਤਾਂ ਫਤਿਹਗੜ੍ਹ ਸਰਨਾ ਵਿੱਚ ਖੇਡਦੇ ਸੀ ਭੂਰੀ, ਪੱਟੂ, ਬਿੰਦਾ, ਜੀਤ ਕੋਟਲੀ, ਸਾਡਾ ਨਗਰੋਮਨ, ਅਤੇ ਟੰਡੋਲੀ 'ਚ ਖੇਡਦੇ ਸੀ ਮਨ ਸਿੰਘ ਦੜਬਾ, ਲੱਡੂ ਦੁਗਾਲ, ਬੱਬੂ ਝਨੇੜੀ ਅਤੇ ਲੱਖਾ ਡੰਡੋਲੀ ਅਤੇ ਗੋਲਾ। ਇਸ ਤੋਂ ਇਲਾਵਾ ਸੈਮੀ ਫਾਈਨਲ ਵਾਲੇ ਹਾਰਨ ਵਾਲੀ ਟੀਮਾਂ ਸੀ ਕੋਟਲੀ ਅਤੇ ਟੰਡੋਲੀ, ਧੂਣੀ ਦੱਸ ਕੋਟਲੀ 'ਚ ਜੱਗੂ ਹਾਕਮ ਵਾਲੀ ਅਤੇ ਕਾਕਨ ਨਾਗਲਾ ਖੇਡਦੇ ਸੀ, ਧੂਣੀ ਦੱਸ ਟੰਡੋਲੀ 'ਚ ਮਨਦੀਪ ਬੇਨੜਾ, ਕਾਜੂ ਰਣੀਕੇ ਖੇਡਦੇ ਸੀਗੇ। ਹਾਂਜੀ ਦੋਸਤੋ, ਦੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ, ਜਦੋਂ ਤੁਹਾਡੇ ਕਮੈਂਟ ਸਾਨੂੰ ਇਨਕਰੇਜ ਕਰਦੇ ਨਵੀਂ ਵੀਡੀਓ ਬਣਾਉਣ।